ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 1970 ਤੋਂ ਲੈ ਕੇ 2018 ਤੱਕ ਜੋ ਵਿਦਿਆਰਥੀ 12ਵੀਂ ਕਲਾਸ ਦੇ ਵਿੱਚੋਂ ਪਾਸ ਆਉਟ ਹੋਏ ਨੇ 골ਡਨ ਚਾਂਸ ਅਤੇ ਰੀਪੀਅਰ ਪ੍ਰੀਖਿਆ ਵਾਲੇ ਵਿਦਿਆਰਥੀਆਂ ਲਈ ਇਹ ਅਪਡੇਟ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ Instagram ਪੇਜ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ एग्जाम ਸਟੱਡੀ ਵਿਦ ਜੋਬ ਅਲਰਟ Instagram ਪੇਜ ਦਾ ਨਾਮ ਹੈ ਅਤੇ ਸ਼ੋਰਟ ਦੇ ਵਿੱਚ ਮੈਸੇਜ ਕਰਕੇ ਤੁਸੀਂ ਜਾਣਕਾਰੀ ਜੋ ਵੀ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਆਈਡੀ ਦਾ ਲਿੰਕ ਹੈ ਜਿਹੜਾ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਏਗਾ ਸੋ ਸ਼ੇਅਰ ਕਰਦੇ ਹਾਂ ਜੀ ਇਹ ਜਾਣਕਾਰੀ ਸੂਏਜ ਉਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਕਲਾਸ ਦੇ ਉਹਨਾਂ ਵਿਦਿਆਰਥੀਆਂ ਲਈ 골ਡਨ ਚਾਂਸ ਤੇ ਰਿਪੇਅਰ ਪ੍ਰੀਖਿਆ ਲਈ ਡੇਟ ਸੀਟ ਜਾਰੀ ਕੀਤੀ ਗਈ ਹੈ ਜੋ ਮਾਰਚ 1970 ਤੋਂ 2018 ਤੱਕ ਪਾਸ ਹੋਏ ਨੇ ਸੁਧਾਰ ਤੇ 골ਡਨ ਚਾਂਸ ਵਜੋਂ 10ਵੀਂ ਓਪਨ ਸਕੂਲ ਸਿੱਖਿਆ ਮਾਰਚ 2020 ਨਾਲ ਸੰਬੰਧਿਤ ਵਿਦਿਆਰਥੀ ਜੋ ਕੋਵਿਡ-19 ਦੇ ਕਾਰਨ ਅਕਤੂਬਰ 2020 ਦੌਰਾਨ ਪ੍ਰੀਖਿਆ ਵਿੱਚ ਬੈਠੇ ਸਨ ਦੀ ਰੀਪੀਅਰ ਪ੍ਰੀਖਿਆ ਹੁਣ 29 ਜਨਵਰੀ ਨੂੰ ਹੋਵੇਗੀ। ਬੋਰਡ ਵੱਲੋਂ ਜਿਲਾ ਪੱਧਰੀ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਵਿੱਚ 29/1/2021 ਤੋਂ 11/2/2021 ਤੱਕ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਜਿਹੜੀਆਂ ਹੋਣਗੀਆਂ ਦੋਵਾਂ ਕਲਾਸਾਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਮਿੰਟ ਵਜੇ ਤੱਕ ਤਾਂ ਹੋਵੇਗਾ। ਡੇਟ ਸੀਟ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ। ਸੋ ਜੋ ਵੀ ਇਹ ਗੋਲਡਨ ਚਾਂਸ ਹੈ ਜੇ ਰਿਪੀਅਰ ਐ एग्जाम ਦੇਣਾ ਚਾਹੁੰਦੇ ਨੇ ਆਪਣੀ ਸਟੱਡੀ ਜਿਹੜੀ ਕੰਟੀਨਿਊ ਰੱਖਣ ਬਾਕੀ ਜੋ ਵੀ ਡੇਟ ਸ਼ੀਟ ਤੁਸੀਂ ਜੇ ਡਾਊਨਲੋਡ ਕਰਨੀ ਹੈ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਬਾਕੀ ਜੋ ਵੀ ਅਪਡੇਟ ਆਏਗੀ ਸਮੇਂ ਸਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਇੰਸਟਾਗ੍ਰam ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ